ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਹੁਣ ਪੰਛੀਆਂ ਅਤੇ ਜਾਨਵਰਾਂ ਨੇ ਸੰਭਾਲੀ ਵਾਤਾਵਰਨ ਨੂੰ ਬਚਾਉਣ ਦਾ ਮੋਰਚਾ। ਵਾਤਾਵਰਨ ਨੂੰ ਲੈ ਕੇ ਇੰਜ ਜਾਪਦਾ ਹੈ ਕਿ ਲੋਕ ਵਾਤਾਵਰਨ ਦੀ ਦੇਖਭਾਲ ਨਹੀਂ ਕਰਦੇ। ਹੁਣ ਵਾਤਾਵਰਨ ਦੀ ਦੇਖ ਰੇਖ ਨੂੰ ਲੈ ਕੇ ਜਾਨਵਰ ਅਤੇ ਪੰਛੀ ਅੱਗੇ ਆਏ ਜਾਪਦੇ ਨੇ। ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਕਾਂ ਇੱਕ ਖਾਲੀ ਬੋਤਲ ਡਸਟਬੀਨ ਵਿੱਚ ਪਾਉਂਦਾ ਦਿਖਾਈ ਦੇ ਰਿਹਾ ਹੈ ਤੇ ਨਾ ਸਮਝ ਜਦ ਇਸ ਗੱਲ ਨੂੰ ਸਮਝ ਸਕਦੇ ਨੇ ਤਾਂ ਸਮਝਦਾਰ ਕਿਉਂ ਨਹੀਂ। ਸਮਝਦਾਰਾਂ ਲਈ ਤਾਂ ਇਹ ਵੱਡਾ ਸੰਦੇਸ਼ ਹੈ। ਇੱਕ ਵਾਰ ਫਿਰ ਦੇਖੋ ਇਸ ਵਾਇਰਲ ਵੀਡੀਓ ਨੂੰ। ਹੁਣ ਤੱਕ ਇਹ ਵੀਡੀਓ ਖੂਬ ਵਾਇਰਲ ਹੋ ਗਈ ਹੈ। ਪਹਿਲਾਂ ਵੀ ਇੱਕ ਬਾਂਦਰ ਪਾਣੀ ਪੀ ਕੇ ਟੂਟੀ ਬੰਦ ਕਰਦਾ ਦਿਖਾਈ ਦੇ ਰਿਹਾ ਹੈ ਤੇ ਉਹ ਵੀਡੀਓ ਵੀ ਖੂਬ ਵਾਇਰਲ ਹੋਈ ਸੀ ਤੇ ਹੁਣ ਤੱਕ ਇਹਨਾਂ ਵੀਡੀਓਜ਼ ਨੂੰ ਕਾਫੀ ਕਮੈਂਟ ਆ ਚੁੱਕੇ ਨੇ ਤੇ ਇਸ ਦੇ ਨਾਲ ਹੀ ਜਦ ਲੋਕੀ ਰੁੱਖ ਕੱਟ ਰਹੇ ਸੀ ਤਾਂ ਉਸ ਦੌਰਾਨ ਇੱਕ ਰੰਗੂਦਨ ਨੇ ਪਰੇਸ਼ਾਨ ਹੋ ਕੇ ਇਹ ਸੋਚਿਆ ਕਿ ਇਹਨਾਂ ਨੂੰ ਰੁੱਖ ਕੱਟਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਬਾਅਦ ਵਿੱਚ ਉਸ ਨੇ ਰੁੱਖ ਕੱਟਣ ਵਾਲੀ ਮਸ਼ੀਨ ਦਾ ਅੱਗੇ ਤੋਂ ਪੰਜਾ ਫੜ ਲਿਆ ਸੀ। ਇਸ ਦੇ ਨਾਲ ਹੀ ਰੰਗੂਦਨ ਨੂੰ ਰੋਕਣ ਲਈ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ ਤਾਂ ਇਸ ਨਾਲ ਰੰਗੂਦਨ ਜ਼ਖਮੀ ਹੋ ਗਿਆ ਸੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।